तोड़े वालों मिल रहा हुगारा तो सा भी है यह पुरजोर कोशिश कि सही तरीके होदश जाने का सुपना पूरा जिस लाजर अमै पी डी सी न्यूज़ का एक खास उपराला रेफल्स एड्यूसिटी प्रजेंट्स इमीग्रेसन हेल्पलाइन तो यह जो नंबर तीडी स्क्रीन पर आ रहा है जो कि है छियासी जीरो चार इकहत् जीरो चार इकहत् इस उत्ते मिसड कॉल कर दट्सएप कर दौड़ी टीम तेल संपर्क करती है इमीग्रेसन जुड़े तो सवाल जाती है ਤੇ ਅੱਜ ਦਾ ਸਾਡਾ ਵਿਸ਼ਾ ਹੈ ਵੀਜ਼ਾ ਲੱਗਣ ਲਈ ਡਾਕੂਮੈਂਟੇਸ਼ਨ ਦੀ ਮਹੱਤਤਾ ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਰੈਫਲਸ ਐਜੂਕੇਟੀ ਦੇ ਮੈਨੇਜਿੰਗ ਡਾਇਰੈਕਟਰ ਨੇ ਮਿਸਟਰ ਸਵਰਨ ਸਿੰਘ ਸੰਧੂ ਸੰਧੂ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਹਿਬ ਪਹਿਲੇ ਤਾਂ ਇਹ ਹੀ ਤੁਹਾਡੇ ਕੋਲੋਂ ਜਾਨਣਾ ਚਾਹਾਂਗਾ ਕਿ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਡਾਕੂਮੈਂਟਸ 'ਚ ਹੁੰਦੀਆਂ ਨੇ ਜੋ ਸਟੂਡੈਂਟ ਦੇ ਕੈਰੀਅਰ ਨੂੰ ਬਹੁਤ ਹੱਦ ਤੱਕ ਨੁਕਸਾਨ ਪਹੁੰਚਾ ਸਕਦੀਆਂ ਨੇ ਹਾਂ ਜੀ ਨikhil ਜੀ ਬਹੁਤ ਵਧੀਆ ਕੁਐਸਚਨ ਆ ਅ ਇਸ ਟੌਪਿਕ ਦੇ ਉੱਪਰ ਮਤਲਬ ਬਹੁਤ ਲੋਕਾਂ ਦਾ ਧਿਆਨ ਹੀ ਨਹੀਂ ਜਾਂਦਾ ਅੱਜ ਦਾ ਬਹੁਤ ਇੰਪੋਰਟੈਂਟ ਟੌਪਿਕ ਆ ਸਾਰਾ ਸ਼ੋਅ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲਣੀ ਹੈ ਇਹਦੇ ਵਿੱਚੋਂ ਅ ਮੈਂ ਤੁਹਾਨੂੰ ਇੱਕ ਗੱਲ ਸਟਾਰਟ ਕਰਦਾ ਤੁਹਾਨੂੰ ਮੈਂ ਆਪਣੀ ਹੱਡ ਬੀਤੀ ਦੱਸਦਾ ਇੱਕ ਜਦੋਂ ਮੈਂ 2007 ਦੇ ਵਿੱਚ ਮੈਂ ਕੈਨੇਡਾ ਤੋਂ ਵਾਪਸ ਨਹੀਂ ਪਹਿਲਾਂ ਮੈਂ ਯੂਐਸ ਗਿਆ ਯੂਐਸ ਸੇ ਮੈਨੂੰ ਥੋੜਾ ਕੰਮ ਸੀ ਮੈਂ ਜਦੋਂ ਉੱਥੋਂ ਵਾਪਸ ਆਉਣਾ ਸੀਗਾ ਬਾਇ ਚਾਂਸ ਮੈਨੂੰ ਉਥੋਂ ਇੱਕ ਐਕਸ ਚੀਫ ਵੀਜ਼ਾ ਆਫੀਸਰ ਨਾਲ ਮੇਰੀ ਮੀਟਿੰਗ ਹੋਈ 2007 ਦੇ ਵਿੱਚ ਮਤਲਬ 14 ਸਾਲ ਪਹਿਲਾਂ ਉਹ ਰਿਟਾਇਰ ਹੋ ਗਏ ਸੀਗੇ ਆਪਾਂ ਬੈਠੇ ਉਹਨਾਂ ਨਾਲ ਡਿਸਕਸ਼ਨ ਕੀ ਹੋ ਰਿਹਾ ਸੀਗਾ ਕਿ ਵੀਜ਼ਾ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੀ ਕੀ ਹੁੰਦੀ ਆ ਜਿੱਦਾਂ ਤੁਹਾਨੂੰ ਕੀ ਪੜਾਇਆ ਜਾਂਦਾ ਕੀ ਪੜ੍ਹਦੇ ਹੋ ਤਾਂ ਉਹਨਾਂ ਨੇ ਉਦੋਂ ਮੈਨੂੰ ਦੱਸਿਆ ਕਿ ਮੈਂ ਹੈਰਾਨ ਹੋਇਆ ਉਹ ਗੱਲ ਸੁਣ ਕੇ ਉਸ ਟਾਈਮ ਤੇ ਕਿ ਜਦੋਂ ਅਸੀਂ ਜਿਹੜੇ ਵੀ ਕੰਟਰੀ ਦੇ ਜਿਹੜੇ ਵੀ ਰੀਜ਼ਨ ਦੇ ਵਿੱਚ ਅਪਾਇੰਟ ਕੀਤੇ ਜਾਂਦੇ ਆ ਸਾਨੂੰ ਉੱਥੋਂ ਦਾ ਕਲਚਰ ਪੜਾਇਆ ਜਾਂਦਾ ਪੂਰਾ ਫੋਰ ਐਗਜ਼ੈਂਪਲ ਮੈਨੂੰ ਉਸ ਟਾਈਮ 14 ਸਾਲ ਪਹਿਲਾਂ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਮੈਨੂੰ ਇਹ ਪਤਾ ਜਦੋਂ ਕਿ ਉਹਨਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਔਰ ਉਹ ਬਿਲਕੁਲ ਇੰਡੀਅਨ ਵੀ ਨਹੀਂ ਸੀਗੇ ਉਹ ਤਾਂ ਵੀ ਉਹਨਾਂ ਨੂੰ ਕੀ ਗੱਲ ਪਤਾ ਸੀ ਕਿ ਜਿਹੜੀ ਕਿ ਮੈਂ ਸੱਚੀ ਸੁਣ ਕੇ ਬਹੁਤ ਹੈਰਾਨ ਹੋਇਆ ਉਹ ਕਹਿੰਦੇ ਮੈਨੂੰ ਇਹ ਗੱਲ ਪਤਾ ਹੈ ਕਿ ਤੋਂ ਅਡੇ ਪੰਜਾਬ ਦੇ ਵਿੱਚ ਜਿਹੜਾ ਪੁਰਾਣਾ ਕਲਚਰ ਇਹ ਸੀਗਾ ਕਿ ਪਿੰਡਾਂ ਦੇ ਵਿੱਚ ਲੜਕੀਆਂ ਨੂੰ ਦੋ ਗੁੱਤਾਂ ਨਹੀਂ ਕਰਨ ਦਿੱਤੀਆਂ ਜਾਂਦੀਆਂ ਸੀਗੀਆਂ ਮਤਲਬ ਮੈਂ ਫਿਰ ਆਪਣੇ ਪਾਪਾ ਨੂੰ ਪੁੱਛਿਆ ਪਾਪਾ ਕਹਿੰਦੇ ਹਾਂਜੀ ਮਤਲਬ ਜਿਹੜੀਆਂ ਜਿੱਦਾਂ ਮੇਰੇ ਫਾਦਰ ਦੀ ਜਿਹੜੀਆਂ ਸਿਸਟਰ ਸੀਗੀਆਂ ਉਸ ਟਾਈਮ ਤੇ ਉਹਨਾਂ ਨੂੰ ਮਤਲਬ ਜਿੱਦਾਂ ਮਾਡਰਨ ਮੰਨਿਆ ਜਾਂਦਾ ਸੀਗਾ ਨikhil ji ਬਹੁਤ ਮਤਲਬ ਪਤਾ ਨਹੀਂ ਅੱਜ ਇਹ ਲੋਕ ਬੱਚਿਆਂ ਨੂੰ ਅੱਜ ਦੇ ਨੂੰ ਤਾਂ ਬਿਲਕੁਲ ਵੀ ਨਹੀਂ ਇਹ ਗੱਲ ਪਤਾ ਹੋਣੀ ਅਗਰ ਤੁਸੀਂ ਆਪਣੇ ਦਾਦਾ ਜੀ ਜਿਹੜੇ ਅੱਜ ਦੇ ਬੱਚੇ 18 19 ਸਾਲ ਦੇ ਤੁਸੀਂ ਆਪਣੇ ਦਾਦਾ ਜੀ ਜਾਂ ਉਹਨਾਂ ਦੀਆਂ ਸਿਸਟਰਸ ਨਾਲ ਗੱਲ ਕਰੋਗੇ ਦੱਸਣਗੇ ਉਸ ਟਾਈਮ ਤੇ ਮਾਡਰਨਾਈਜ਼ ਮਾਡਰਨ ਮੰਨਿਆ ਜਾਂਦਾ ਸੀ ਵੀ ਦੋ ਗੁੱਤਾ ਕਰਨੀਆਂ ਇਹ ਇੱਕ ਗੱਲ ਗੋਰੇ ਨੂੰ ਪਤਾ ਸੀਗੀ ਕਿ ਪੰਜਾਬ ਦਾ ਇਹ ਕਲਚਰ ਆ ਨੂੰ ਇਹ ਵੀ ਪਤਾ ਸੀਗਾ ਵੀ ਇਤਾਂ ਉੱਪਰ ਕੋਠੇ ਤੇ ਜਾਂ ਕੱਲੀ ਲੜਕੀ ਖੜ ਨਹੀਂ ਸਕਦੀ ਇਸ ਤਰੀਕੇ ਨਾਲ ਜਿਵੇਂ ਹੁਣ ਵੀ ਹੁਣ ਤੋਂ ਵੀ ਬਹੁਤ ਸਾਲ ਪਹਿਲਾਂ ਤੱਕ ਤੁਸੀਂ ਦੇਖੋ ਵੀ ਜੀਨ ਪਾਉਣਾ ਵੀ ਇੱਕ ਥੋੜਾ ਜਿਹਾ ਮੰਨਿਆ ਜਾਂਦਾ ਸੀ ਆ ਵੀ ਬਹੁਤ ਹੀ ਐਡਵਾਂਸ ਆ ਵੀ ਕਿਸੇ ਲੜਕੀ ਨੇ ਜੀਨ ਪਾਈ ਆ ਕਾਫੀ ਸਾਲ ਪਹਿਲਾਂ ਦੀ ਮੈਂ ਗੱਲ ਕਰਦਾ ਮੈਂ ਦੱਸਣਾ ਇਹ ਚਾਹ ਰਿਹਾ ਕਿ ਵੀਜ਼ਾ ਆਫੀਸਰ ਜਦੋਂ ਇੱਥੇ ਅਪਾਇੰਟ ਹੁੰਦੇ ਆ ਨਾ ਮਤਲਬ ਐਵੇਂ ਹੀ ਨਹੀਂ ਅਪਾਇੰਟ ਹੋ ਜਾਂਦੇ ਕਿ ਵੀ ਉਹ ਆ ਗਏ ਜੀ ਵੀਜ਼ਾ ਆਫੀਸਰ ਆਏ ਤੇ ਉਹਨਾਂ ਨੂੰ ਬਿਠਾਤਾ ਚੀਫ ਨੂੰ ਜਾਂ ਜਿਹੜੇ ਵੀ ਸੀਨੀਅਰ ਨੇ ਉਹਨਾਂ ਨੂੰ ਪ੍ਰੋਪਰ ਨੌਲੇਜ ਹੁੰਦੀ ਆ ਮਤਲਬ ਹਰ ਇੱਕ ਰੀਜ਼ਨ ਦੇ ਹਰ ਇੱਕ ਟਰੈਡੀਸ਼ਨ ਦੀ ਨੌਲੇਜ ਹੁੰਦੀ ਆ ਪਤਾ ਚਾਰ ਲਾਵਾਂ ਹੁੰਦੀਆਂ ਉਹਨੂੰ ਪਤਾ ਸੀ ਚਾਰ ਲਾਵਾਂ ਹੁੰਦੀਆਂ ਆ ਸਾਰੀਆਂ ਰੀਤੀ ਰਿਵਾਜ ਹੁੰਦੀਆਂ ਮੈਂ ਹੈਰਾਨ ਹੋਇਆ ਕਿ ਜਦੋਂ ਵਿਆਹ ਕੇ ਲੜਕਾ ਘਰ ਜਾਂਦਾ ਉਹ ਮਤਲਬ ਉਹ ਦੱਸ ਰਹੇ ਸੀਗੇ ਕਿ ਅਸੀਂ ਕਿਹੜੀਆਂ ਕਿਹੜੇ ਪੁਆਇੰਟ ਜਦੋਂ ਕੋਈ ਸ਼ਾਦੀ ਲਈ ਆਉਂਦਾ ਤਾਂ ਕਿਹੜੇ ਕਿਹੜੇ ਪੁਆਇੰਟ ਕਿਹੜੀਆਂ ਕਿੜੀਆਂ ਫੋਟੋਆਂ ਸਿਲੈਕਟ ਕਰਦੇ ਆ ਕਿ ਮਦਰ ਐਦਾਂ ਉਹਨੂੰ ਘਰੇ ਆਇਆ ਨੂੰ ਵਾਰਦੀ ਆ ਮਤਲਬ ਇੱਕ ਗੋਰਿਆਂ ਨੂੰ ਇਹ ਟਰੈਡੀਸ਼ਨਸ ਸਮਝਾ ਕੇ ਫਿਰ ਉਹਨਾਂ ਨੂੰ ਇਹ ਜੌਬ ਦਿੱਤੀ ਗਈ ਆ ਆਪਾਂ ਗੱਲ ਤੇ ਆਉਨੇ ਆ ਕਿ ਇੱਕ ਡਾਕੂਮੈਂਟ ਐਸੇ ਇਹਦੇ ਨਾਲ ਰੈਲੇਵੈਂਟ ਆ ਸਬੰਧੀ ਰੱਖਦਾ ਕਿ ਇੱਕ ਹੁਣ ਜਦੋਂ ਉਹ ਇੱਧਰ ਆਉਂਦੇ ਆ ਅੱਜ ਤਾਂ ਹੁਣ ਜ਼ਮਾਨਾ ਕੀ ਆ ਅੱਜ ਦਾ ਜਿਹੜਾ ਜ਼ਮਾਨਾ ਅੱਜ ਦਾ ਜਿਹੜਾ ਯੁੱਗ ਆ ਉਹ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਦੇ ਟਾਈਮ ਦੇ ਵਿੱਚ ਪੂਰਾ ਸੋਸ਼ਲ ਮੀਡੀਆ ਦਾ ਬੋਲਬਾਲਾ ਕੋਈ ਮਤਲਬ ਕਿਤੇ ਵੀ ਜਾ ਰਿਹਾ ਈਵਨ ਚੋਰ ਵੀ ਜਦੋਂ ਘਰੇ ਚੋਰੀ ਕਹੇਦੇ ਕਰਨ ਜਾਂਦੇ ਆ ਉਹ ਉਹਨਾਂ ਦਾ ਫੇਸਬੁੱਕ ਜਾਂ ਉਹਨਾਂ ਦਾ ਸੋਸ਼ਲ ਮੀਡੀਆ ਸਟੇਟਸ ਦੇਖਦੇ ਆ ਆਪਾਂ ਗੋਆ ਦੇ ਕੁਮਰਿਆਂ ਇਹ ਕੁਮਰਿਆਂ ਉਹ ਵੀ ਪੂਰਾ ਐਡੇ ਐਡਵਾਂਸ ਹੋ ਗਏ ਚੋਰ ਉਹ ਸੋਸ਼ਲ ਮੀਡੀਆ ਦੇਖ ਕੇ ਚੋਰੀ ਕਰਨ ਜਾਂਦੇ ਆ ਤੁਹਾਡੇ ਘਰੇ ਵੀ ਇਹ ਘਰੇ ਹੈਗੇ ਨੇ ਕਿ ਘਰੇ ਨਹੀਂ ਹੈਗੇ ਕਿਉਂਕਿ ਸਾਨੂੰ ਆਦਤ ਬਹੁ ਪਈ ਹੋਈ ਆ ਪੰਜ ਪੰਜ ਮਿੰਟ ਬਾਅਦ ਅੱਡੇ ਅੱਡੇ ਘੰਟੇ ਬਾਅਦ ਆਪਣੇ ਆਪ ਨੂੰ ਅਪਡੇਟ ਕਰਨ ਦੀ ਸੋਚੋ ਜੇ ਚੋਰ ਚੋਰੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਦੇਖਦਾ ਤਾਂ ਵੀਜ਼ਾ ਆਫੀਸਰ ਵੀਜ਼ਾ ਆਫੀਸਰ ਤੁਹਾਨੂੰ ਵੀਜ਼ਾ ਦੇਣ ਤੋਂ ਪਹਿਲਾਂ ਕਿਉਂ ਨਹੀਂ ਤੁਹਾਡਾ ਸੋਸ਼ਲ ਮੀਡੀਆ ਦੇਖਦਾ ਹੋਊਗਾ ਤੁਹਾਡਾ ਮੋਬਾਈਲ ਤੁਹਾਡਾ ਮੋਬਾਈਲ ਕਿਵੇਂ ਤੁਹਾਨੂੰ ਐਕਸਪੋਜ਼ ਕਰ ਸਕਦਾ ਤੁਹਾਡਾ ਮੋਬਾਈਲ ਕਿਵੇਂ ਤੁਹਾਡਾ ਵੀਜ਼ਾ ਰਿਜੈਕਟ ਕਰਵਾ ਸਕਦਾ ਤੁਹਾਨੂੰ 5 ਸਾਲ ਦਾ ਬੈਨ ਲਗਵਾ ਸਕਦਾ ਮੋਬਾਈਲ ਫੋਨ ਹਾਂਜੀ ਮੋਬਾਈਲ ਫੋਨ ਮਤਲਬ ਸੋਸ਼ਲ ਮੀਡੀਆ ਇਹ ਤੁਹਾਨੂੰ ਪਤਾ ਨਹੀਂ ਮੈਂ ਦੱਸਦਾ ਬਹੁਤ ਸਾਰੇ ਬੱਚੇ ਆਉਂਦੇ ਆ ਸਾਡੇ ਕੋਲ ਸਹ 2 ਸਾਲ ਦਾ ਗੈਪ ਸਰ 4 ਸਾਲ ਦਾ ਗੈਪ ਆ 3 ਸਾਲ ਦਾ ਗੈਪ ਆ ਪੂਰਾ ਕਰਵਾ ਦਿਓ ਜੀ ਜਾਂ ਅਸੀਂ ਪੂਰਾ ਕਰਵਾ ਕੇ ਆਏ ਆਂ ਜੀ ਆ ਕੰਪਿਊਟਰ ਸੈਂਟਰ ਦਾ 15 1500 ਰੁਪਏ ਦੇ ਸਰਟੀਫਿਕੇਟ ਮਿਲਦੇ ਨੇ ਕੰਪਿਊਟਰ ਦੇ ਤੁਸੀਂ ਸਾਲ ਦਾ ਬਣਵਾ ਲਿਆ ਡਿਪਲੋਮਾ 2 ਸਾਲ ਦਾ ਫੇਰ ਜੀ ਮੈਂ ਬਿਊਟੀ ਪਾਰਲਰ ਦਾ ਬਣਾ ਰਿਹਾ ਮੈਂ ਲੈਬੋਰੀਟਰੀ ਦਾ ਬਣਾ ਲਿਆ ਕਿਸੇ ਕੋਲ ਵਰਕ ایکسپੀਰੀਅੰਸ ਬਣਾ ਲਿਆ ਮੈਂ ਇਹਦੇ ਕੋਲ ਕੰਮ ਕਰਦਾ ਸੀ ਲੈਬ ਟੈਕਨੀਸ਼ੀਅਨ ਦਾ ਡਿਪਲੋਮਾ ਕੋਈ ਬਹੁਤ ਸਾਰੀਆਂ ਐਵੇਂ ਦੀਆਂ ਬਲੈਕ ਲਿਸਟਡ ਯੂਨੀਵਰਸਿਟੀਆਂ ਖੁੱਲੀਆਂ ਹੋਈਆਂ ਨੇ ਜਿਹੜੀਆਂ ਤੁਹਾਨੂੰ ਪੁਰਾਣੀਆਂ ਸਾਲ-ਸਾਲ 2-2 ਸਾਲ ਦੀਆਂ ਡਿਗਰੀ ਦਿੰਦੀਆਂ ਜਾਂ ਜਿੰਨੀਆਂ ਕਿ UGC ਤੋਂ ਰਿਕੋਗਨਾਈਜ਼ ਨਹੀਂ ਹੈਗੀਆਂ ਸਾਨੂੰ ਇਹ ਨਹੀਂ ਪਤਾ ਕਿ UGC ਦੀ ਲਿਸਟ ਚੈੱਕ ਕਰਕੇ ਇੰਟਰਨੈਟ ਤੋਂ ਇੰਟਰਨੈਟ ਤੇ ਸਾਰਾ ਕੁਝ ਆਉਂਦਾ ਸਾਨੂੰ ਦੇਖਣਾ ਬਸ ਜਿਹੜੀ ਕੰਮ ਦੀਆਂ ਚੀਜ਼ਾਂ ਨੇ ਉਹ ਨਹੀਂ ਅਸੀਂ ਦੇਖਣੀਆਂ ਵੀ ਨਾਰਮਲ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲਦੀ ਆ ਫਿਰ ਮਤਲਬ ਅਸੀਂ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਐ ਕਿਵੇਂ ਸੋਚ ਲੈਣੇ ਆ ਅਸੀਂ ਮੇਰਾ ਜੀ ਵਰਕ ਐਕਸਪੀਰੀਅੰਸ ਮੈਂ 3 ਸਾਲ ਜੌਬ ਕੀਤੀ ਆ ਉੱਥੇ ਜਦੋਂ ਤੂੰ ਜੌਬ ਕਰਦਾ ਸੀਗਾ ਤਾਂ 9 ਤੋਂ 6 9 ਤੋਂ 5 ਜੌਬ ਕਰਦਾ ਹੋਏਗਾ ਉਸ ਟਾਈਮ ਪੂਰਾ ਸਾਲ ਤੂੰ ਕਦੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਕਦੇ ਭੂਆ ਦੇ ਮੁੰਡੇ ਦੇ ਕੁੜੀ ਦੇ ਵਿਆਹ ਤੇ ਘੁੰਮਦਾ ਕਦੇ ਤੂੰ ਕਸੌਲੀ ਕੋ ਮਰਿਆਂ ਕਦੇ ਵਿਆਹ ਫੰਕਸ਼ਨਾਂ ਤੇ ਘੁੰਮ ਰਿਆ ਦੇ ਤੇਰੀ ਨੇਰੀ ਲਿਆਂਦੀ ਪਈ ਆ ਫੋਟੋਆਂ ਪਾ ਪਾ ਕੇ ਫੇਸਬੁੱਕ ਤੇ ਤੇ ਇਨਸਟਾ ਦੇ ਉੱਪਰ ਤੇ ਉਸ ਟਾਈਮ ਤੇ ਤੇ ਨਾਲ ਦਿਖਾਤਾ ਨਹੀਂ ਨਹੀਂ ਮੈਂ ਜੋਬ ਕਰਦਾ ਸੀਗਾ ਇਹੋ ਜੀ ਕਿਹੜੀ ਕੰਪਨੀ ਆ ਜਿਹੜੀ ਤੁਹਾਨੂੰ ਘਰੇ ਬੈਠਿਆ ਤਨਖਾਹ ਦੇਈ ਜਾਂਦੀ ਆ ਔਰ ਤੁਸੀਂ ਆਪਣੀਆਂ ਮੌਜਾਂ ਮਾਰਦੇ ਫਿਰੀ ਜਾਂਦੇ ਹੋ ਮਤਲਬ ਤੁਹਾਡਾ ਸੋਸ਼ਲ ਮੀਡੀਆ ਏ ਇਹ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿਸੇ ਨੇ ਦੱਸਿਆ ਹੋਣਾ ਸ਼ੋਅ ਦੇ ਉੱਪਰ ਜਾਂ ਕਿਸੇ ਨੂੰ ਪਤਾ ਵੀ ਹੋਣਾ ਵੀ ਸੋਸ਼ਲ ਮੀਡੀਆ ਵਿੱਚ ਚੈੱਕ ਕੀਤਾ ਜਾਂਦਾ ਹਾਂ ਰੈਂਡ ਇਹ ਨਹੀਂ ਮੈਂ ਕਹਿੰਨਾ ਹਰ ਇੱਕ ਦਾ ਰੈਂਡਮਲੀ ਚੈੱਕ ਕੀਤਾ ਜਾਂਦਾ ਸੋ ਬੱਚਿਓ ਕਿਸੇ ਤੋਂ ਵੀ ਪਹਿਲਾਂ ਕਿਸੇ ਏਜੰਟ ਤੋਂ ਪਹਿਲਾਂ ਜਾਂ ਕਿਸੇ ਵੀ ਧੋਖੇਬਾਜ਼ ਜਿਹੜਾ ਤੁਹਾਨੂੰ ਸਬਜ਼ ਬਾਗ ਦਿਖਾਉਂਦੇ ਆ ਵੀ 2 ਸਾਲ ਦਾ 3 ਸਾਢੇ ਕੋਲ ਆਉ ਗੈਪ ਛੁੱਟੀਆਂ ਮਾਰ ਕੇ ਮੈਂ ਕਈ ਵਾਰ ਨikhil ji ਰਾਨੂ ਨਾ ਤੁਸੀਂ ਸੋਚੋ ਕਿ ਅਸੀਂ ਆ ਕੇ ਕਹਿੰਨੇ ਆਂ ਦੀ ਸਾਡੀ ਇੱਕ ਛੋਟੀ ਜੀ ਕੰਸਲਟੈਂਸੀ ਫੀਸ ਤਾਂ ਕਹਿੰਦੇ ਉਹ ਨਹੀਂ ਦੇਣੀ ਲੱਖ ਰੁਪਈਆ ਲੈ ਲਓ ਤੁਹਾਡਾ ਗੈਪ ਫਿਲ ਕਰਵਾ ਦਿਓ ਮਤਲਬ ਗੈਪ ਫਿਲ ਕਰਾਉਂਦਾ ਲੱਖ ਰੁਪਈਆ ਵੀ ਲੈ ਲਓ ਉਂ ਤੁਸੀਂ 5000 ਰੁਪਈਆ ਵੀ ਨਹੀਂ ਸਾਨੂੰ ਦੇਣਾ ਵੀ ਤੁਸੀਂ ਸਾਨੂੰ ਅਸੀਂ ਤੁਹਾਨੂੰ ਬਾਹਰ ਭੇਜਣ ਦੀ ਸਾਡੀ ਦਾਅ 5-10000 ਰੁਪਈਆ ਫੀਸ ਦੇ ਦੋ ਉਹ ਨਹੀਂ ਦੇਣੀ ਲੱਖ ਲੈ ਲਓ 2 ਲੱਖ ਲੈ ਲਓ ਮਤਲਬ ਜਿਹੜਾ ਪੁੱਠਾ ਕੰਮ ਆ ਉਹਦੇ ਨਾਮ ਦੇ ਜਿੰਨੇ ਪੈਸੇ ਠੱਗ ਸਕਦੇ ਹੋ ਠੱਗ ਲਓ ਸਹੀ ਗਾਈਡ ਕਰਕੇ ਤੁਸੀਂ ਕਦੇ ਵੀ ਲੋਕਾਂ ਤੋਂ ਪੈਸੇ ਨਹੀਂ ਕਮਾ ਸਕਦੇ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਜਿਹੜਾ ਬੰਦਾ ਤੁਹਾਨੂੰ ਮਿਸ ਗਾਈਡ ਕਰਦਾ ਵੀ ਤੁਹਾਡਾ ਗੈਪ ਫਿਲ ਕਰਦਾਂਗੇ ਜੇ ਤੁਸੀਂ ਜੌਬ ਕਰਦੇ ਹੋ ਜੌਬ ਦਾ ਤੁਹਾਡਾ ਕੋਈ ਦਿਖਾਉਂਦਾ ਈਐਸਆਈ ਕੱਟੀ ਜਾਂਦੀ ਆ ਪੀਐਫ ਕੱਟਿਆ ਜਾਂਦਾ ਤੁਹਾਡਾ ਟੈਕਸ ਰਿਟਰਨ ਆ ਭਰੀਆਂ ਜਾਂਦੀਆਂ ਨੇ ਤੁਹਾਡੇ ਅਕਾਊਂਟ ਦੇ ਵਿੱਚ ਸੈਲਰੀ ਆਉਂਦੀ ਆ ਹਰ ਕੈਸ਼ ਸੈਲਰੀਆਂ ਦੀਆਂ ਸਲਿੱਪਾਂ ਤੁਹਾਨੂੰ ਦੇ ਅਸੀਂ ਦੇ ਦਾਂਗੇ ਉਹ ਵੀ ਨਹੀਂ ਚੱਲਦੀਆਂ ਸੋ ਇਹ ਇਹਨਾਂ ਇੱਕ ਬਹੁਤ ਵੱਡਾ ਟੌਪਿਕ ਆ ਤੁਸੀਂ ਸਾਨੂੰ ਇੱਕ ਵਾਰ ਮਿਲੋ ਜ਼ਰੂਰ ਜੈਨੂਨ ਤਰੀਕਾ ਦੱਸ ਦਿਆਂ ਗੈਪ ਦੇ ਨਾਲ ਵੀ ਮਤਲਬ ਤੁਸੀਂ ਸੱਚ ਬੋਲ ਕੇ ਵੀ ਵੀਜ਼ਾ ਲੈ ਸਕਦੇ ਹੋ ਮੇਰਾ ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਹਰ ਵਾਰ ਝੂਠ ਹੀ ਬੋਲਣਾ ਪੈਂਦਾ ਵਾ ਐਮਬੈਸੀ ਨੂੰ ਐਮਬੈਸੀ ਸਮਝਦੀ ਆ ਇਨਸਾਨ ਹੀ ਬੈਠੇ ਹੋਏ ਆ ਅੰਦਰ ਉਹ ਕੋਈ ਮਤਲਬ ਉਹਨਾਂ ਨੂੰ ਸਮਝ ਆਉਂਦੀ ਆ ਉਹਨਾਂ ਨੂੰ ਪਤਾ ਵਾ ਵੀ ਸਿਚੁਏਸ਼ਨ ਕੀ ਹੁੰਦੀ ਆ ਤੁਸੀਂ ਸਾਡੇ ਕੋਲ ਇੱਕ ਵਾਰ ਆਓ ਅਗਰ ਤੁਹਾਡਾ ਕੋਈ ਗੈਪ ਆ ਅਗਰ ਕਿਸੇ ਵੀ ਤਰ੍ਹਾਂ ਦਾ ਗੈਪ ਆ ਤੁਹਾਨੂੰ ਲੱਗਦਾ ਵਾ ਵੀ ਕੋਈ ਪ੍ਰੋਬਲਮ ਆ ਇੱਕ ਵਾਰ ਸਾਨੂੰ ਆ ਕੇ ਮਿਲੋ ਆਪਾਂ ਤੁਹਾਨੂੰ ਗਾਈਡ ਕਰਾਂਗੇ ਅਸਲੀ ਐਕਚੁਅਲੀ ਕੀ ਹੋ ਸਕਦਾ ਕਿਵੇਂ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਬਿਨਾ ਕੋਈ ਫੇਕ ਜਾਲੀ ਡਾਕੂਮੈਂਟ ਲਾ ਕੇ ਵੀ ਵੀਜ਼ਾ ਕਿਵੇਂ ਲੈ ਸਕਦੇ ਹੋ ਇਹ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰਾਂਗੇ ਸੋ ਬਚਿਓ ਇਹੋ ਜਿਹੇ ਫਰਾਡ ਏਜੰਟਾਂ ਤੋਂ ਐਂਡ ਸਰਟੀਫਿਕੇਟ ਬਣਵਾਉਣ ਵਾਲਿਆਂ ਬਿਲਕੁਲ ਜਿਵੇਂ ਸੰਧੂ ਸਾਹਿਬ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਖਾਸ ਇਨਫੋਰਮੇਸ਼ਨ ਜਾਣਕਾਰੀ ਤੁਹਾਨੂੰ ਮਿਲਣ ਵਾਲੀ ਹੈ ਤੁਸੀਂ ਬਸ ਬਣੇ ਰਹੋ ਸਾਡੇ ਨਾਲ ਕਿਉਂਕਿ ਬ੍ਰੇਕ ਤੋਂ ਬਾਅਦ ਵੀ ਸਵਾਲਾਂ ਦਾ سلسلہ ਜਾਰੀ ਰਵੇਗਾ ਮੇਕ ਧਰ ਰੈਫਲ ਜੈਡੂ ਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ ਪ੍ਰੇਖਕੋ ਬਾਤ ਤੁਹਾਡਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਰੈਫਲ ਜੈਡੂ ਸਿਟੀ ਪ੍ਰੈਜ਼ੈਂਸ ਇਮੀਗ੍ਰੇਸ਼ਨ ਹੈਲਪਲਾਈਨ ਤੇ ਅੱਜ ਦਾ ਸਾਡਾ ਵਿਸ਼ਾ ਹੈ ਵੀਜ਼ਾ ਲਗੰਦ ਵਿੱਚ ਡਾਕੂਮੈਂਟੇਸ਼ਨ ਦੀ ਮਹੱਤਤਾ ਜਿਸ ਬਾਰੇ ਗੱਲ ਕਰ ਰਹੇ ਨੇ ਮੈਨੇਜਿੰਗ ਡਾਇਰੈਕਟਰ ਰੈਫਲ ਜੈਡੂ ਸਿਟੀ ਮਿਸਟਰ ਸਵਰਨ ਸਿੰਘ ਸੰਧੂ ਤੇ ਸੰਧੂ ਸਾਹਿਬ ਹੋਣ ਅਸੀਂ ਸਿੱਧਾ ਜੋ ਸਾਡੇ ਵਿਊਅਰਸ ਨੇ ਉਹਨਾਂ ਨਾਲ ਸੰਪਰਕ ਸਤਾਦਾਂਗੇ ਕਾਲ ਦੇ ਜ਼ਰੀਏ ਆਪਣਾ ਸਵਾਲ ਤੁਹਾਡੇ ਤੱਕ ਪਹੁੰਚਾਉਣਗੇ ਤੇ ਪਹਿਲੇ ਕਾਲਰ ਸਾਡਨਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਆ ਨਮਸਕਾਰ ਸਾ ਨਮਸਕਾਰ ਜੀ Uh, मैं दीपक राणा बोल रहा हूँ तलवाड़ा से हाँ जी दीपक जी अपना सवाल पूछो हाँ uh, ऐसे है मेरा लड़का बी टेक कर रहा है TFC की थर्ड ईयर में अभी semester, uh, for fifth semester है उसका, और uh, मैं चाहता हूँ uh, इसको ऑस्ट्रेलिया या कनेडा भेजना चाहता हूँ इसके लिए कौन सी कंट्री सही रहेगी और उसके लिए क्या तैयारी चाहिए हमको जो अभी हम कर सकें लॉकडाउन के दौरान ਜੀ ਹਾਂਜੀ ਦੀਪਿਕ ਜੀ ਸਤਿ ਸ਼੍ਰੀ ਅਕਾਲ ਮੈਂ ਸਵਰਨ ਸਿੰਘ ਸੰਧੂ ਬੋਲ ਰਿਹਾ ਹਾਂ ਜਿਹੜਾ ਤੁਸੀਂ ਪੁੱਛ ਰਹੇ ਹੋ ਬੱਚੇ ਬਾਰੇ ਪਹਿਲਾ ਕੁਐਸਚਨ ਹੈ ਕੰਟਰੀ ਕਿਹੜਾ ਵਧੀਆ ਆ ਆਬਵੀਅਸਲੀ ਦੇਖੋ ਇਹ ਨਹੀਂ ਕਿ ਮੈਂ ਕੈਨੇਡਾ ਤੋਂ ਇਸ ਲਈ ਮੈਂ ਕੈਨੇਡਾ ਦੀ ਤਾਰੀਫ ਕਰਦਾ ਬਟ ਇੱਕ ਬਹੁਤ ਹੀ ਸੋਲਿਡ ਰੀਜ਼ਨ ਆ ਤੁਸੀਂ ਕਿਉਂ ਕੈਨੇਡਾ ਚੂਜ਼ ਕਰਦੇ ਹੋ ਕਿਉਂਕਿ ਬੱਚਾ ਜਦੋਂ ਆਪ ਜਾਂਦਾ ਔਰ ਜਾਣ ਤੋਂ ਬਾਅਦ ਫਿਰ ਉਹਦਾ ਜਿਹੜਾ ਸਪਾਊਸ ਤੋਂ ਇਲਾਵਾ ਉਹ ਆਪਣੇ ਪੇਰੈਂਟਸ ਮਾਤਾ ਪਿਤਾ ਗ੍ਰੈਂਡ ਪੇਰੈਂਟਸ ਦਾਦਾ ਦਾਦੀ ਨਾਨਾ ਨਾਨੀ ਤੱਕ ਨੂੰ ਵੀ ਉੱਥੇ ਬੁਲਾ ਸਕਦਾ ਹੈ ਔਰ ਬਹੁਤ ਜ਼ਿਆਦਾ ਬੈਨੀਫਿਟਸ ਨੇ ਜੀ ਬਾਕੀ এনवायरमेंट ਕਲਚਰ ਦੀ ਕੋਈ ਪ੍ਰੋਬਲਮ ਨਹੀਂ ਸੋ ਨੋ ਡਾਊਟ ਕੈਨੇਡਾ ਬਹੁਤ ਵਧੀਆ ਆ ਔਰ ਜਿਹੜੀ ਤੁਸੀਂ ਸੈਕੰਡ ਪੁੱਛ ਰਹੇ ਕਿ ਤਿਆਰੀ ਕੀ ਕਰਨੀ ਚਾਹੀਦੀ ਹੈ ਦੇਖੋ ਮੈਂ ਹਮੇਸ਼ਾ ਸਾਰੇ ਜਿਹੜੇ ਵੀ ਬੀ ਟੈਕ ਕਿਸੇ ਵੀ ਸਟਰੀਮ ਦੇ ਵਿੱਚ ਜਦੋਂ ਬੱਚੇ ਕਰਦੇ ਆ ਮੈਂ ਸਾਰਿਆਂ ਨੂੰ ਇੱਕੋ ਹੀ ਗਾਈਡ ਕਰਦਾ ਕਿ ਜਿਹੜਾ ਤੁਹਾਡਾ ਇਹ ਕੋਰਸ ਆ ਜਿੱਦਾਂ ਅਸੀਂ ਬੀ ਟੈਕ ਹੁਣ ਤੁਹਾਡਾ ਬੇਟਾ ਕਰ ਰਿਹਾ ਅਗਰ 4 ਸਾਲ ਦਾ ਕੋਰਸ ਆ ਉਹਦਾ ਤਾਂ ਉਹਨੂੰ ਲਾਸਟ ਦੇ ਜਿਹੜੇ 6 ਮੰਥ ਆ ਉਹਦੀ ਇੰਟਰਨਸ਼ਿਪ ਹੁੰਦੀ ਹੈ ਜਿਦੇ ਚ ਉਹਨੂੰ ਟੈਕਨੀਕਲ ਪੜਾਇਆ ਜਾਂਦਾ ਬਾਕੀ 3.5 ਸਾਲ ਥਿਉਰੀ ਹੀ ਪੜਾਈ ਜਾਂਦੇ ਆ ਸੋ ਮੇਰਾ ਕੰਸਰਨ ਇਹ ਰਹਿੰਦਾ ਕਿ ਬੱਚੇ ਜਦੋਂ ਬੀ ਟੈਕ ਸਟਾਰਟ ਕਰਦੇ ਆ ਪਹਿਲੇ ਸਾਲ ਤੋਂ ਹੀ ਉਹਦੇ ਨਾਲ ਨਾਲ ਉਸ ਟੈਕਨੀਕਲ ਜਿਹੜੀ ਸਟੱਡੀ ਆ ਉਹਦੀ ਮੰਨ ਲਓ ਮਕੈਨੀਕਲ ਨੇ ਜਾਂ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਸਿਵਲ ਨੇ ਜਾਂ ਆਈਟੀ ਆ ਤੇ ਆਈਟੀ ਨਾਲ ਰਿਲੇਟਡ ਬਹੁਤ ਸਾਰੇ ਨੈਟਵਰਕਿੰਗ ਦੇ ਕਲਾਉਡ ਕੰਪਿਊਟਿੰਗ ਦੇ ਆਟੋਕੈਡ ਦੇ ਬਹੁਤ ਸਾਰੇ ਕੋਰਸੇਜ਼ ਨੇ ਲੈਂਗੁਏਜੇਜ਼ ਨੇ ਜਿਹਨੀਆਂ ਸਾਰੀਆਂ ਉਹ ਉਹਨਾਂ ਦੇ ਨਾਲ ਨਾਲ ਹੁਣੇ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਵੇ ਉਹ ਲਾਸਟ ਵਾਲੇ 6 ਮਹੀਨੇ ਦੀ ਵੇਟ ਨਾ ਕਰੇ ਕਿ ਉਹ 6 ਮਨთ ਦੇ ਵਿੱਚ ਹੀ ਮੈਂ ਸਿੱਖਣਾ ਸਾਰਾ ਕੁਝ ਜਿੰਨਾ ਵੀ ਆਈਟੀ ਨਾਲ ਰਿਲੇਟਡ ਹੈ ਹਾਰਡਵੇਅਰ ਵੀ ਆ ਨੈਟਵਰਕਿੰਗ ਵੀ ਆ ਸਿਸਕੋ ਵੀ ਆ CCNA ਆ ਬਹੁਤ ਸਾਰੀਆਂ ਟੈਕਨੀਕਲ ਨੇ ਜਿਵੇਂ ਤੁਹਾਡੇ ਬੱਚੇ ਨੂੰ ਪਤਾ ਹੋਣ ਗਿਆ ਉਹ ਟੈਕਨੀਕਲ ਨੋਲਿਜ ਲੈਣੀ ਸ਼ੁਰੂ ਕਰ ਦਵੇ ਆਈਈਐਲਟੀਐਸ ਦੀ ਤਿਆਰੀ ਐਂਡ ਤੇ ਆ ਕੇ ਕਰਨੀ ਸ਼ੁਰੂ ਕਰ ਦਵੇ 2 ਸਾਲ ਲਈ ਵੈਲਿਡ ਰਹਿੰਦੀ ਆ ਅੱਜ ਤੋਂ ਹੀ ਕਾਲਜਸ ਐਂਡ ਯੂਨੀਵਰਸਿਟੀ ਦੀ ਸਰਚ ਕਰਨੀ ਸ਼ੁਰੂ ਕਰ ਦਵੇ ਬਾਕੀ ਤੁਸੀਂ ਕਦੇ ਵੀ ਤੁਹਾਡਾ ਟਾਈਮ ਮਿਲਿਆ ਸਾਡਾ ਲੁਧਿਆਣਾ ਆਫਿਸ ਆ ਪਾਸਪੋਰਟ ਆਫਿਸ ਦੇ ਕੋਲੇ ਤੁਸੀਂ ਇੱਕ ਵਾਰ ਆਇਓ ਆਪਾਂ ਤੁਹਾਨੂੰ ਡੀਟੇਲ ਦੇ ਵਿੱਚ ਕੋਰਸਸ ਦੀ ਬਹੁਤ ਜ਼ਿਆਦਾ ਜਾਣਕਾਰੀ ਦਵਾਂਗੇ ਸਭ ਤੋਂ ਮੇਨ ਇੰਪੋਰਟੈਂਟ ਕੰਮ ਆ ਜਿਹੜਾ ਤੋਡੇ ਲਈ ਉਹ ਹੈਗਾ ਬੱਚੇ ਲਈ ਸਹੀ ਕੋਰਸ ਚੂਜ਼ ਕਰਨਾ ਬਿਲਕੁਲ ਦੀਪਕ ਜੀ ਉਮੀਦ ਹੈ ਤੁਹਾਨੂੰ ਸੰਧੂ ਸਾਹਿਬ ਵੱਲੋਂ ਵਿਸਤਾਰਪੂਰਵਕ ਜਾਣਕਾਰੀ ਮਿਲੀ ਹੋਵੇਗੀ ਤੇ ਹੁਣ ਸੰਧੂ ਸਾਹਿਬ ਅਗਲੇ ਕਾਲਰ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਰ ਮੇਰਾ ਨਾਮ ਮਨਿੰਦਰ ਹੈ ਮੈਂ ਮੌਲਿਤੀ ਗੱਲ ਕਰ ਰਿਹਾ ਹਾਂ ਮਨਿੰਦਰ ਆਪਣਾ ਸਵਾਲ ਪੁੱਛੋ ਜੀ ਸਰ ਐਕਚੁਅਲੀ ਮੇਰੇ ਬ੍ਰਦਰ ਦੀ ਇੱਕ ਫਾਈਲ ਗਈ ਕੈਨੇਡਾ ਦੀ ਸਟੱਡੀ ਵੀਜ਼ਾ ਦੀ ਬਟ ਰੀਫਿਊਜ਼ਲ ਆਇਆ ਹੈ ਐਂਡ ਰੀਜ਼ਨ ਇਹ ਸੀਗਾ ਵੀ ਉਹਨਾਂ ਨੂੰ ਇਹ ਡਾਊਟ ਹੈ ਵੀ ਤੁਸੀਂ ਵਾਪਸ ਨਹੀਂ ਆਓਗੇ ਐਂਡ ਜਿਹੜਾ ਕੋਰਸ ਸੀਗਾ ਉਹ ਉਹਨਾਂ ਨੂੰ ਰੈਲੇਵੈਂਟ ਨਹੀਂ ਲੱਗਿਆ ਐਕਚੁਅਲੀ ਉਹਨਾਂ ਦੀ ਏਜ ਹੈ ਅਪਰੋਕਸ ਅਰਾਊਂਡ 30 ਦੇ ਕਰੀਬ ਹੈ ਤੇ ਆਪਾਂ ਮਤਲਬ ਪੀਆਰ ਲਈ ਵੀ ਜਾ ਸਕਦੇ ਹਾਂ ਜਾਂ ਸਟੱਡੀ ਤੇ ਹੀ ਮਤਲਬ ਅਸੀਂ ਉਹਦਾ ਆਨਸਰ ਦੇ ਦਈਏ ਕਿਵੇਂ ਆਹ ਮਨਿੰਦਰ ਜੀ ਪਹਿਲਾਂ ਕੋਈ ਵੀਜ਼ਾ ਅਪਲਾਈ ਕੀਤਾ ਕੈਨੇਡਾ ਦਾ ਕਿਸੇ ਹੋਰ ਕੈਟੇਗਰੀ ਨਹੀਂ ਸਰ ਪਹਿਲੀ ਵਾਰ ਹੀ ਹੈ ਫਸਟ ਟਾਈਮ ਹੈ ਲਾਸਟ ਕੁਆਲਿਫਿਕੇਸ਼ਨ ਕੀ ਹੈ ਉਹਨਾਂ ਦੀ सर मास्टर्स इन कंप्यूटर एप्लीकेशन एमसीए कोई गैप एजुकेशन गैप नहीं सर एजुकेशन गैप कोई नहीं है कंटीन्यूस कंटीन्यूस स्टडी है हां जी सर कंटिन्यू स्टडी एंड उसके बाद वर्क द एक्सपीरियंस है क्या तो कितनी देर था 4 टू 5 इयर्स 4 टू 5 इयर्स था वर्क एक्सपीरियंस था जी सर और कोर्स केड़ा लिया सी कनाडा दे विच ਸਕ ਕੋਰਸ ਸੀਗਾ ਆਪਣਾ ਕੰਪਿਊਟਰ ਐਪਲੀਕੇਸ਼ਨ ਰਿਲੇਟਡ ਸੀਗਾ ਮੈਨੂੰ ਨਾ ਪੂਰਾ ਯਾਦ ਨਹੀਂ ਹੋ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਸੀ ਜਾਂ ਕੋਈ ਮਾਸਟਰ ਡਿਗਰੀ ਸੀ ਸੋਰੀ ਜੀ ਦ ਰਿਪੀਟ ਕਰੋਗੇ ਪੋਸਟ ਗ੍ਰੈਜੂਏਸ਼ਨ ਦਾ ਡਿਪਲੋਮਾ ਸੀ 1 ਇਅਰ ਦਾ ਕੋਰਸ ਸੀਗਾ ਪੀਜੀਡੀਸੀ ਪ੍ਰੋਗਰਾਮ ਸੀਗਾ 2 ਇਅਰਸ ਦਾ 2 ਇਅਰਸ ਦਾ ਪ੍ਰੋਗਰਾਮ ਸੀਗਾ ਜੀ ਸਰ ਮਾਸਟਰ ਨਹੀਂ ਸੀਗਾ ਬਟ ਮਾਸਟਰ ਡਿਗਰੀ ਨਹੀਂ ਸੀਗੀ ਕੋਈ ਇਸਨ ਮਾਸਟਰ ਡਿਗਰੀ ਤਾਂ ਇੱਥੋਂ ਕਰੀ ਹੋਈ ਸੀ ਯੂਨਾਨੋਂ ਨਾ ਹਾਂਜੀ ਉਧਰ ਜਿਹੜਾ ਉਧਰ ਹੀ ਮੈਂ ਪੁੱਛ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਕੋਰਸ ਲਿਆ ਸੀ ਉਹਨਾਂ ਨੇ ਮਾਸਟਰ ਨਹੀਂ ਲਿਆ 2 ਸਾਲ ਦਾ ਪੀਜੀ ਡਿਪਲੋਮਾ ਲਿਆ ਓਕੇ ਹਾਂਜੀ ਤਾਂ ਪੀਜੀ ਲਿਆ ਸੀ ਉਹਨਾਂ ਨੇ ਓਕੇ ਅ ਐਤਾਂ ਬ੍ਰਦਰ ਦੇਖੋ ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਮੇਜਰ ਜਿਹੜਾ ਕੰਮ ਹੈ ਏਜੰਟਸ ਦਾ ਉਹ ਇਹ ਹੈ ਕਿ ਵੀਜ਼ਾ ਅਪਲਾਈ ਕਰਨਾ ਨਾ ਕਿ ਵੀਜ਼ਾ ਲੈ ਕੇ ਦੇਣਾ ਕਿਉਂਕਿ ਵੀਜ਼ਾ ਅਪਲਾਈ ਕਰਨ 'ਚ ਪੈਸੇ ਹੀ ਮਿਲ ਨਹੀਂ ਮਿਲਨੇ ਆ ਵੀਜ਼ਾ ਲੈ ਕੇ ਦੇਣ ਚ ਪਤਾ ਨਹੀਂ ਮਿਲਨੇ ਕਿ ਨਹੀਂ ਮਿਲਨੇ ਸੋ ਡਾਕੂਮੈਂਟੇਸ਼ਨ ਔਰ ਬਹੁਤ ਸਾਰੇ ਕੋਰਸ ਮਿਸਮੈਚ ਤੁਸੀਂ ਸਾਰੀ ਪ੍ਰੋਫਾਈਲ ਲੈ ਕੇ ਇੱਕ ਵਾਰ ਜਰੂਰ ਆਫਿਸ ਆਇਓ ਡਿਸਕਸ ਕਰਿਓ ਮੈਂ ਤੁਹਾਨੂੰ ਦਿਖਾ ਦਾਂਗਾ ਪੀਆਰ ਇਦਾਂ ਨਹੀਂ ਮਿਲਦੀ ਉਹਦੇ ਵੀ ਅਲੱਗ ਤੋਂ ਪੂਰਾ ਪ੍ਰੋਸੀਜਰ ਆ ਉਹਦੀ ਅਸੈਸਮੈਂਟ ਆਪਾਂ ਕਰ ਲਾਂਗੇ ਮੈਂ ਐਕਚੁਅਲ ਦੇ ਵਿੱਚ ਕੇਪਸ ਨੋਟ ਮੰਗਵਾ ਕੇ ਤੁਹਾਡਾ ਐਕਚੁਅਲ ਰੀਜ਼ਨ ਚੈੱਕ ਕਰਵਾ ਲਾਂਗਾ ਕੀ ਆ ਜਨਰਲੀ ਅਗਰ ਮੈਂ ਓਵਰਆਲ ਜਿਆ ਦੇਖਦਾ ਕਿ ਅਗਰ ਉਹਨਾਂ ਨੇ ਮਾਸਟਰ ਵੀ ਕੀਤੀ ਹੋਈ ਸੀਗੀ ਤੇ ਉਹਨਾਂ ਨੇ 4 ਸਾਲ ਦਾ ਉਹਨਾਂ ਦਾ ਵਰਕ ایکسپੀਰੀਅੰਸ ਵੀ ਸੀਗਾ ਤਾਂ ਉਹ ਕਿਸੇ MBA ਲਈ ਜਾ ਸਕਦੇ ਸੀਗੇ ਮਾਸਟਰ ਡਿਗਰੀ ਲਈ ਹੀ ਜਾ ਸਕਦੇ ਸੀਗੇ ਬਿਜ਼ਨਸ ਮੈਨੇਜਮੈਂਟ ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਾਸਟਰ ਸੀਗੀਆਂ ਕਿਉਂਕਿ ਇੱਕ ਮਾਸਟਰਸ ਕਰਨ ਤੋਂ ਬਾਅਦ 3-4 ਸਾਲ ਦਾ ایکسپੀਰੀਅੰਸ ਕਰਨ ਤੋਂ ਬਾਅਦ ਤੁਸੀਂ PG ਡਿਪਲੋਮੇ ਲਈ ਜਦੋਂ ਜਾਂਦੇ ਹੋ ਉਹ ਥੋੜੀ ਜੀ ਤੁਹਾਡੀ ਡਾਊਨ ਗ੍ਰੇਡ ਹੋ ਜਾਂਦੀ ਹੈ ਔਰ ਚਾਂਸਸ ਥੋੜੇ ਘੱਟ ਜਾਂਦੇ ਆ ਅਗਰ ਤੁਸੀਂ ਹੋਰ ਇਸ ਤੋਂ ਜ਼ਿਆਦਾ ਹਾਇਰ ਐਜੂਕੇਸ਼ਨ ਲਈ ਜਾਂਦੇ ਹੋ ਤਾਂ ਵੀਜ਼ਾ ਚਾਂਸਸ ਵੱਧ ਜਾਂਦੇ ਆ ਫਿਰ ਵੀ ਮੈਂ ਕਨਕਲੂਡ ਨਹੀਂ ਕਰਦਾ ਮੈਂ ਡੀਟੇਲ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਸਾਰੀ ਪ੍ਰੋਫਾਈਲ ਚੈੱਕ ਕਰਨ ਤੋਂ ਤੁਸੀਂ ਮਹਾਲੀਆ ਚੰਡੀਗੜ੍ਹ ਸਾਡਾ ਆਫਿਸ ਆ 34 ਸੈਕਟਰ ਦੇ ਵਿੱਚ ਇੱਕ ਵਾਰ ਆ ਕੇ ਮਿਲੋ ਪ੍ਰੋਫਾਈਲ ਚੈੱਕ ਕਰਵਾਓ ਮੈਂ ਤੁਹਾਨੂੰ ਟਰਾਈ ਕਰੂੰਗਾ ਕਿ ਐਗਜ਼ੈਕਟ ਰੀਜ਼ਨ ਦੱਸ ਪਾਵਾਂ ਐਂਡ ਮੈਂ ਤੁਹਾਨੂੰ ਗਾਈਡ ਵੀ ਕਰ ਪਾਵਾਂ ਕਿ ਅੱਗੇ ਵੀ ਕਿਹੜਾ ਵੀਜ਼ਾ ਲੱਗੇਗਾ ਔਰ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਲੱਗੇਗਾ ਤੁਹਾਡੇ ਬ੍ਰਦਰ ਦਾ ਵੀਜ਼ਾ ਬਿਲਕੁਲ ਮਹਿੰਦਰ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਸਵਾਲ ਦੇ ਲਈ ਤੇ ਉਮੀਦ ਹੈ ਕਿ ਤੁਹਾਨੂੰ ਸੈਟੀਸਫੈਕਟਰੀ ਆਨਸਰ ਜਿਹੜਾ ਉਹ ਮਿਲ ਗਿਆ ਹੋਵੇਗਾ ਤੇ ਇੱਥੇ ਵੇਲੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ ਬ੍ਰੇਕ ਤੋਂ ਬਾਅਦ ਵੀ ਸਵਾਲਾਂ ਦਾ سلسلہ جاری ਰਹੇਗਾ ਤੁਸੀਂ ਵੇਖਦੇ ਰਹੋ ਰੈਫਲ ਜੈਡੂ ਸਿਟੀ ਪ੍ਰੇਜ਼ੈਂਸ ਇਮੀਗ੍ਰੇਸ਼ਨ ਹੈਲਪਲਾਈਨ ब्रेक टू बात ਤੁਹਾਡਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਰੈਫਲ ਜੈਡੂ ਸਿਟੀ ਪ੍ਰੈਜ਼ੈਂਸ ਇਮੀਗ੍ਰੇਸ਼ਨ ਹੈਲਪਲਾਈਨ ਜਿਹੜਾ ਸਾਡੇ ਨਾਲ ਮੈਨੇਜਿੰਗ ਡਾਇਰੈਕਟਰ ਨੇ ਰੈਫਲ ਜੈਡੂ ਸਿਟੀ ਮਿਸਟਰ ਸਵਰਨ ਸਿੰਘ ਸੰਧੂ ਤੇ ਸੰਧੂ ਸਾਹਿਬ ਇੱਕ ਤੁਹਾਡੇ ਕੋਲ ਜਾਨਣਾ ਚਾਹੁੰਗਾ ਬਹੁਤ ਕਾਲ ਸਾਡੇ ਕੋਲ ਇਸ ਮੁਤਲਕ ਆਈਆਂ ਨੇ ਕਿ ਮੇਨ ਜਿਹੜੇ ਰੀਜ਼ਨਸ ਹੁੰਦੇ ਨੇ ਵੀਜ਼ਾ ਰਿਜੈਕਟ ਹੋਣ ਦੇ ਉਹ ਰੀਜ਼ਨਸ ਕਿਹੜੇ ਹੁੰਦੇ ਨੇ ਨਿਕਲ ਜੀ ਨਹੀਂ ਦੱਸ ਸਕਦੇ ਕਿਉਂਕਿ ਇਹਨੂੰ ਆਪਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆ ਉਹ ਜਨਰਲਾਈਜ਼ ਨਹੀਂ ਕਰ ਸਕਦੇ ਆਪਾਂ ਮਤਲਬ ਸਾਰਿਆਂ ਲਈ ਇੱਕ ਨਹੀਂ ਦੱਸ ਸਕਦੇ ਮੇਨਲੀ ਮੈਂ ਦੱਸ ਦਿੰਨਾ ਦੇ ਦੋ ਹੀ ਜਿਹੜੀਆਂ categories ਨੇ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਅੱਜ ਕਦੇ ਟਾਈਮ 'ਚ ਵੀਜ਼ਾ ਅਪਲਾਈ ਹੁੰਦਾ ਇੱਕ ਹੁੰਦਾ ਸਟੂਡੈਂਟ ਵੀਜ਼ਾ ਦੂਜਾ ਟੂਰਿਸਟ ਐਂਡ ਵਿਜ਼ਿਟਰ ਵੀਜ਼ਾ ਇਹਨਾਂ ਦੇ ਵਿੱਚ ਵੀਜ਼ਾ ਜਿਹੜਾ ਰਿਜੈਕਟ ਹੋਣ ਦੇ ਬੇਸਿਕ ਜਿਹੜੇ ਚਾਂਸਸ ਨੇ ਸਟੂਡੈਂਟ ਵੀਜ਼ਾ ਦੀ ਅਗਰ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਜਿਹੜੇ ਬੇਸਿਕ ਵਜ੍ਹਾ ਸਭ ਤੋਂ ਮੇਨ ਜਿਹੜੀ ਵਜ੍ਹਾ ਆਉਂਦੀ ਆ ਉਹ ਆਉਂਦੀ ਆ ਕਿ ਕੋਰਸ ਗਲਤ ਦਿੱਤਾ ਜਾਣਾ ਜੋ ਲਾਸਟ ਕੁਆਲੀਫਿਕੇਸ਼ਨ ਹੈ ਉਹਦੇ ਸਹਾਰ ਨਾਲ ਕੋਰਸ ਐਂਡ ਕਾਲਜ ਗਲਤ ਚੂਜ਼ ਕਰ ਲਿਆ ਹੋਣਾ ਇਹ ਇੱਕ ਬੇਸਿਕ ਹੁੰਦੀ ਹੈ ਡਾਕੂਮੈਂਟੇਸ਼ਨ ਨਹੀਂ ਲਗਾਏ ਜਾਂ ਜ਼ਿਆਦਾ ਲਗਾਤੇ ਇਹ ਵੀ ਇੱਕ ਪ੍ਰੋਬਲਮ ਹੈ ਜੀ ਅਗਰ ਤੁਸੀਂ ਪ੍ਰੋਫਾਈਲ ਐਸਡੀਐਸ ਦੇ ਵਿੱਚ ਲਗਾ ਰਹੇ ਹੋ ਔਰ ਬੈਲੈਂਸ ਸ਼ੀਟਾਂ ਲਗਾਈ ਜਾ ਰਹੇ ਹੋ ਬੈਂਕ ਸਟੇਟਮੈਂਟਾਂ ਲਗਾਈ ਜਾ ਰਹੇ ਸੋ ਡਾਕੂਮੈਂਟ ਜ਼ਿਆਦਾ ਲਗਾਤੇ ਡਾਕੂਮੈਂਟ ਘੱਟ ਲਗਾਤੇ ਇਹ ਇੱਕ ਰੀਜ਼ਨ ਹੋ ਸਕਦਾ ਹੋਰ ਵੀ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ ਟੂਰਿਸਟ ਵਿਜ਼ਿਟਰ ਦੇ ਵਿੱਚ ਜਿਵੇਂ ਦੱਸਿਆ ਸੀਗਾ ਵੀ ਪੇਰੈਂਟਸ ਦੀ ਇਨਫੋਰਮੇਸ਼ਨ ਗਲਤ ਭਰੀ ਹੋ ਸਕਦੀ ਆ ਜਾਂ ਕੋਈ ਵੀ ਤੁਹਾਡੇ ਫੰਡ ਇਕਦਮ ਇਕੱਠੇ ਆ ਸਕਦੇ ਆ ਸੋ ਬਹੁਤ ਸਾਰੇ ਰੀਜ਼ਨ ਨੇ ਤੁਹਾਡਾ ਵੀਜ਼ਾ ਰਿਜੈਕਟ ਹੋ ਰਿਹਾ ਬਾਰ-ਬਾਰ ਰਿਜੈਕਟ ਹੋ ਰਿਹਾ ਤੁਹਾਡਾ ਵੀਜ਼ਾ ਸਟੂਡੈਂਟ ਵੀਜ਼ਾ ਟੂਰਿਸਟ ਵਿਜ਼ਿਟਰ ਵੀਜ਼ਾ ਤੁਹਾਡਾ ਬਾਰ-ਬਾਰ ਰਿਜੈਕਟ ਹੋ ਰਿਹਾ ਸਪਾਊਸ ਵੀਜ਼ਾ ਤੁਸੀਂ ਲਗਵਾਉਣਾ ਚਾਹੁੰਦੇ ਹੋ ਤੁਹਾਡਾ ਬਾਰ-ਬਾਰ ਰਿਜੈਕਟ ਹੋ ਰਿਹਾ ਇੱਕ ਵਾਰ ਜ਼ਰੂਰ ਮਿਲੋ ਪੰਜ ਵਾਰ 10 ਵਾਰ ਵੀ ਵੀਜ਼ਾ ਤੁਹਾਡਾ ਰਿਜੈਕਟ ਹੋਇਆ ਇੱਕ ਵਾਰ ਆ ਕੇ ਜ਼ਰੂਰ ਮਿਲੋ ਇੱਕ ਗੱਲ ਮੈਂ ਬਹੁਤ ਇੰਪੋਰਟੈਂਟ ਹੈ ਜਿਹੜੀ ਤੁਹਾਨੂੰ ਦੱਸਣੀ ਚਾਹਨਾ ਵੀਜ਼ਾ ਰਿਜੈਕਟ ਹੋਣਾ ਕੋਈ ਗੁਨਾਹ ਨਹੀਂ ਆ ਕੋਈ ਬਹੁਤ ਵੱਡਾ ਕ੍ਰਾਈਮ ਨਹੀਂ ਹੋ ਗਿਆ ਕਰ ਲਿਆ ਤੁਸੀਂ ਜੇਕਰ ਮੰਨ ਲਓ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਤਾਂ ਕੋਈ ਕੋਈ ਵੱਡੀ ਗੱਲ ਨਹੀਂ ਹੋਈ ਹਾਂ ਵੱਡੀ ਗੱਲ ਕੀ ਆ ਵੀਜ਼ਾ ਰਿਜੈਕਟ ਹੋਣਾ ਇਸ ਵਜ੍ਹਾ ਨਾਲ ਕਿ ਤੁਸੀਂ ਡਾਕੂਮੈਂਟ ਫਰਾਡ ਲਾਇਆ ਤੁਹਾਨੂੰ ਬੈਨ ਲੱਗ ਜਾਣਾ 5 ਸਾਲ ਦਾ ਇਹ ਬਹੁਤ ਵੱਡੀ ਗੱਲ ਆ ਜਾਂ ਫਿਰ ਉਹ ਤੁਹਾਨੂੰ ਹਾਈ ਕਮਿਸ਼ਨ ਬੈਨ ਨਾ ਲਗਾਵੇ ਜਾਂ ਇੱਕ ਲੈਟਰ ਭੇਜ ਦੇਵੇ ਕਿ ਜਿਹੜਾ ਸੀ ਤੁਹਾਡਾ ਵੀਜ਼ਾ ਰਿਜੈਕਟ ਕਰ ਰਹੇ ਆ ਫਰਾਡਲੈਂਟ ਡਾਕੂਮੈਂਟ ਦੀ وجہ ਫਰਾਡਲੈਂਟ ਇਨਫੋਮੇ ਜਾਂ ਫੇਕ ਇਨਫੋਰਮੇਸ਼ਨ ਦੀ وجہ ਨਾਲ ਸੋ ਤੁਹਾਡਾ ਵੀਜ਼ਾ ਰਿਜੈਕਟ ਹੋ ਰਿਹਾ ਕੋਈ ਟੈਨਸ਼ਨ ਨਹੀਂ ਕੋਈ ਡਰਨ ਦੀ ਲੋੜ ਨਹੀਂ ਦਿਖਾਓ ਆ ਕੇ ਬਟ ਵੀਜ਼ਾ ਗਲਤ ਤਰੀਕੇ ਨਾਲ ਰਿਜੈਕਟ ਹੋਣਾ ਬਹੁਤ ਵੱਡੀ ਗੱਲ ਆ ਔਰ ਤੁਹਾਡੇ ਬਹੁਤ ਵੱਡੀ ਤੁਹਾਨੂੰ ਇੱਕ ਪ੍ਰੋਬਲਮ ਕ੍ਰੀਏਟ ਕਰ ਸਕਦਾ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੀਜ਼ਾ ਜਿੰਨੀ ਵਾਰ ਮਰਜ਼ੀ ਰਿਜੈਕਟ ਹੋਇਆ ਇੱਕ ਵਾਰ ਜਰੂਰ ਮਿਲੋ ਐਕਸਪਰਟ ਇਸ ਆ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ ਹਾਂ ਪਹਿਲਾਂ ਸਾਰੇ ਜਗ੍ਹਾ ਜਾ ਕੇ ਜਦੋਂ ਰਿਜੈਕਟ ਹੁੰਦਾ ਮੇਰੇ ਕੋਲ ਆਉਣੇ ਉਹ ਪਹਿਲੀ ਵਾਰੀ ਮੇਰੇ ਕੋਲ ਆਜਿਆ ਕਰੋ ਮੈਂ ਰਿਜੈਕਟ ਹੀ ਨਹੀਂ ਹੋਂ ਦਿੰਦਾ ਵੀਜ਼ਾ ਪਰ ਜੇ ਹੋ ਵੀ ਗਿਆ ਰਿਜੈਕਟ ਤਾਂ ਵੀ ਆਓ ਕੋਈ ਚੱਕਰ ਨਹੀਂ ਮੈਂ ਰੱਬ ਤਾਂ ਹੈਗਾ ਨਹੀਂ ਜੀ ਬਟ ਇੰਨੀ ਇੰਨੀ ਹੈ ਕਿ ਐਕਸਪਰਟ ਇਸ ਇੰਨੀ ਨੇ ਰਿਜੈਕਸ਼ਨ ਵੀਜ਼ਾ ਵਾਲੀਆਂ ਕਿ 99% ਤੇ ਵੀਜ਼ਾ ਆਪਾਂ ਲੈ ਹੀ ਦਿੰਨੇ ਆ ਜਿਹੜੇ ਵੀਜ਼ਾ ਰਿਜੈਕਟ ਹੋਏ ਹੁੰਦੇ ਆ ਤੇ ਅਸਾਂ ਨੂੰ ਸਭ ਇੱਕ ਸਵਾਲ ਐਵੇਂ ਮੁਖਤੌਰ ਤੇ ਹੈ ਕਿ ਇਹ ਜੋ ਕਰੋਨਾ ਦਾ ਕਾਲ ਚੱਲ ਰਿਹਾ ਹੈ ਇਸ ਵਿੱਚ 에ਅ ਟਿਕਟ ਜਿਹੜੀਆਂ ਨੇ ਉਹ ਜਾਂ ਤੇ ਬਹੁਤ ਮਹਿੰਗੀਆਂ ਮਿਲ ਰਹੀਆਂ ਨੇ ਜਾਂ ਮਿਲ ਨਹੀਂ ਰਹੀਆਂ ਇਸ ਬਾਰੇ ਕੀ ਕਹੋਗੇ ਮੈਂ ਤੁਹਾਨੂੰ ਆਪਣੇ ਹੀ ਇੱਕ ਸਟੂਡੈਂਟ ਦੀ ਹੁਣੇ ਹੀ ਰੀਸੈਂਟਲੀ ਜਿਹੜੀ ਇੱਕ ਉਹਦੇ ਨਾਲ ਵਿਚਾਰੇ ਨਾਲ ਵਾਪਰਿਆ ਉਹ ਮੈਂ ਦੱਸ ਦੇਣਾ ਲੜਕੀ ਆ ਅੱਜ ਉਹਨੇ ਕਿਸੇ ਟਰੈਵਲ 에ਅ ਟਿਕਟ ਵਾਲੇ ਤੋਂ ਕਹਿੰਦੇ ਨਾ ਵਗਦੀ ਗੰਗਾ 'ਚ ਹੱਥ ਧੋ ਲੋ ਸਾਰੇ 에ਜੰਟ ਤਾਂ ਲੱਗੀ ਲੱਗੇ ਠੱਗੀਆਂ ਮਾਰਨ ਬੱਚਿਆਂ ਨਾਲ ਜਿਹੜੇ ਬਾਹਰ ਭੇਜਦੇ ਆ ਹੁਣ ਟਿਕਟਾਂ ਵਾਲਿਆਂ ਨੇ ਵੀ ਸ਼ੁਰੂ ਕਰਤਾ ਮੈਂ ਤੁਹਾਨੂੰ ਦੱਸਾਂ ਟਿਕਟ ਜਿੰਨਾ ਜਿੰਨਾ ਕੋਲ ਗਵਰਨਮੈਂਟ ਦੀ ਏਜੰਸੀ ਆ ਜਿਹੜੇ ਅਪਰੂਵਡ ਨੇ ਉਹਨਾਂ ਕੋਲੋਂ ਹੀ ਟਿਕਟਾਂ ਲਵੋ ਰੀਸੈਂਟਲੀ ਹੋਇਆ ਇਹ ਆ ਕਿ ਅੱਜ ਬੱਚੇ ਨੇ ਕਿਹਾ ਮੇਰਾ ਪਾਸਪੋਰਟ ਅੰਦਰ ਆ ਉਹਨੂੰ ਕਹਿੰਦੇ ਤੇਰੀ 65000 ਰੁਪਏ ਦੀ ਟਿਕਟਾ ਉਹ ਵੀ ਤੂੰ ਅੱਜ ਹੀ ਲੈ ਲੈ ਉਹ ਕਹਿੰਦੇ ਨਹੀਂ ਮੇਰਾ ਪਾਸਪੋਰਟ ਆ ਜਾਂਦੇ ਕੁਦਰਤੀ ਦੂਸਰੇ ਹੀ ਦਿਨ ਉਹਦਾ ਪਾਸਪੋਰਟ ਆ ਗਿਆ 145000 ਦੀ ਉਹਨੂੰ ਇੱਕ ਸਾਈਡ ਦੀ ਇਕਨੋਮੀ ਕਲਾਸ ਦੀ ਟਿਕਟ ਦਿੱਤੀ ਆ ਉਸ ਏਜੰਟ ਨੇ 에어 ਕੈਨੇਡਾ ਦੀ ਡਾਇਰੈਕਟ ਫਲਾਈਟ ਸੀਗੀ ਜਦੋਂ ਉਹ ਬਾਇਚਾਂਸ ਕਾਲਜ ਨੇ ਫਿਰ ਮੇਲ ਕਰਤਾ ਸੇਂਟ ਕਲੈਅਰ ਕਾਲਜ ਆ ਜੇ ਕੋਈ ਹੋਰ ਵੀ ਬੱਚੇ ਪੜ੍ਹਦੇ ਆ ਤਾਂ ਉਧਰ ਅਪਲਾਈ ਕਰਦੇ ਆ ਤਾਂ ਸੇਂਟ ਕਲੈਅਰ ਕਾਲਜ ਸਿਰਫ ਇੱਕ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਕਹਿ ਰਿਹਾ ਕਿ ਅਸੀਂ ਮਈ ਦੇ ਵਿੱਚ ਬੱਚਿਆਂ ਨੂੰ ਟਰੈਵਲ ਸਪੋਰਟ ਡਾਕੂਮੈਂਟ ਨਹੀਂ ਦਵਾਂਗੇ ਕਿ ਤੁਹਾਨੂੰ ਤੁਸੀਂ ਸਤੰਬਰ ਚ ਆਇਓ ਹਾਜੀ ਆਹ ਵਾਲਾ ਆਨਲਾਈਨ ਲਗਾਓ ਤਾਂ ਕਾਲਜ ਨੇ ਮੇਲ ਕਰਤੀ ਕਿ ਅਸੀਂ ਟਰੈਵਲ ਸਪੋਰਟ ਡਾਕੂਮੈਂਟ ਨਹੀਂ ਦਵਾਂਗੇ ਜਦੋਂ ਉਹ ਏਜੰਟ ਕੋਲ ਗਏ ਟਰੈਵਲ ਏਜੰਟ ਕੋਲ ਜਿਹੜਾ ਟਿਕਟਾਂ ਵਾਲਾ ਉਹਨਾਂ ਨੂੰ ਕਹਿੰਦਾ ਇਹ ਨਾਟ ਰਿਫੰਡੇਬਲ ਆ ਟਿਕਟ ਤੁਹਾਡੀ ਵਾਪਸ ਹੀ ਨਹੀਂ ਹੋਣੀ ਐਡਿਟ ਕਰਕੇ ਨਾਟ ਰਿਫੰਡੇਬਲ ਲਿਖ ਕੇ ਦੇਤਾ ਸੋ ਜਦੋਂ ਤੁਹਾਡਾ ਪਾਸਪੋਰਟ ਆ ਜਾਂਦਾ ਫੇਰੀ ਟਿਕਟ ਲਵੋ ਔਰ ਟਿਕਟ 50 60 70 80000 ਮੈਕਸਿਮਮ ਆ ਰੇਟ ਚੱਲ ਰਿਹਾ ਅੱਜ ਦਾ ਅੱਗੇ ਪਿੱਛੇ ਨਹੀਂ ਮੈਨੂੰ ਪਤਾ ਅੱਜ ਦੇ ਟਾਈਮ 'ਚ ਇਹ ਚੱਲ ਰਿਹਾ 10 ਬੰਦਿਆਂ ਕੋਲੋਂ ਪੁੱਛ ਕੇ ਟਿਕਟ ਲਵੋ ਇਹ ਨਾ ਕਰੋ ਕਿ ਤੁਹਾਡਾ ਕੋਈ ਜਾਣ ਪਹਿਚਾਨਦਾ ਜਾਂ ਜਿਹਦੇ ਤੋਂ ਲੈਂਦੇ ਆ ਰਹੇ ਹੋ ਇਹਦੇ 'ਚ ਸਾਰੇ ਠੱਗੀਆਂ ਵਾਰ ਲੱਗੇ ਹੋਏ ਨੇ ਬੱਚਿਆਂ ਨਾਲ ਫਰੋਡ ਸਾਰੇ ਲੱਗੇ ਹੋਇਆ ਕਰਨ 10 ਵਾਰ ਪੁੱਛ ਕੇ ਮੈਂ ਤਾਂ ਕਹਿੰਨਾ ਜਿਹਦੇ ਕੋਲੋਂ ਵੀਜ਼ਾ ਲਗਵਾ ਰਹੇ ਹੋ ਉਹਨੂੰ ਹੀ ਕਹੋ ਕਿ ਭਰਾ ਤੂੰ ਹੀ ਸਾਡੀ ਟਿਕਟ ਲੈ ਦੇ ਕਿਉਂਕਿ ਜੇ ਕੱਲ ਨੂੰ 19 ਕੀ ਹੁੰਦੀ ਹੈ ਰਿਸਪੋਨਸੀਬਿਲਟੀ ਆਊਗਾ ਤੁਸੀਂ ਫੜਤਾ ਸਕਦੇ ਓ ਉਹਨੂੰ ਜਾ ਕੇ ਨਾ ਸੋ ਇਸ ਲਈ ਇਹ ਟਿਕਟ ਬਹੁਤ ਧਿਆਨ ਨਾਲ ਲਵੋ ਕਦੇ ਵੀ ਇੱਕ ਬੰਦੇ ਤੇ ਵਿਸ਼ਵਾਸ ਨੀ ਕਰੋ ਪੰਜ ਬੰਦਿਆਂ ਤੋਂ ਪੁੱਛੋ ਜਿਹੜੇ ਅਥੋਰਾਈਜ਼ਡ ਨੇ ਗਵਰਨਮੈਂਟ ਤੋਂ ਅਪਰੂਵਡ ਨੇ ਜਿਨ੍ਹਾਂ ਕੋਲ ਏਜੰਸੀਆਂ ਨੇ ਉਹਨਾਂ ਕੋਲੋਂ ਹੀ ਟਿਕਟਾਂ ਲਵੋ ਆਮ ਹਰ ਅਨੇਕ ਜਨੇ ਖਾਨੇ ਕੋਲੋਂ ਟਿਕਟਾਂ ਨਾ ਲਵੋ ਸੋ ਟਿਕਟਾਂ ਚ ਜਿਹੜਾ ਇਹ ਫਰੌਡ ਹੋ ਰਿਹਾ ਇਹਦੇ ਤੋਂ ਤੁਹਾਨੂੰ ਬਚਣ ਦੀ ਲੋੜ ਹੈ ਬਿਲਕੁਲ ਮੁੱਖੀ ਦੀ ਗੱਲ ਜਿਹੜੀ ਆ ਉਹ ਇਹ ਹੈ ਕਿ ਠੱਗੀਆਂ ਤੋਂ ਬਚੋ ਜਾਗਰੂਕ ਰਹੋ ਤੇ ਰੈਫਲ ਜੈਡੂ ਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ ਵੇਕ देयर ਹੋ ਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਵੀਜ਼ਾ ਲੱਗਣ ਦੇ ਲਈ ਡਾਕੂਮੈਂਟੇਸ਼ਨ ਦੀ ਮਹੱਤਤਾ ਇਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉਤੇ ਇੱਕ ਵਾਰ ਮੋੜ ਤੋਂ ਚਾਤ ਪੋਣੇ ਅੱਜ ਦੇ ਰੈਫਲ ਜੈਡੂਸਿਟੀ ਪ੍ਰੈਜੈਂਟਸ ਇਮੀਗ੍ਰੇਸ਼ਨ ਹੈਲਪਲਾਈਨ ਵਿੱਚ ਇੰਨਾ ਹੀ ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਸਪਾਊਸ ਵੀਜ਼ਾ ਅਤੇ ਫੇਕ ਮੈਰਿਜ ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 86 0471 ਇਸ ਉਤੇ ਮਿਸਡ ਕਾਲ ਕਰਨੀ ਜਾਂ ਵਟਸਐਪ ਕਰਨਾ ਨਾ ਭੁੱਲਿਓ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਮੁੱਦੇ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ ਸੰਧੂ ਸਾਹਿਬ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਗਲੇ ਹਫ਼ਤੇ ਵਿਵੇਕਨੰਦ ਆਪਲਿਓ ਰੈਫਲਜ਼ ਐਡੂਸਿਟੀ ਪ੍ਰੈਜ਼ੈਂਸ ਇਮੀਗ੍ਰੇਸ਼ਨ ਹੈਲਪਲਾਈਨ ਦਿਓ ਇਜਾਜ਼ਤ ਰਬੇ ਰੱਖਾ